ਸਿੱਖ ਇਤਿਹਾਸ ਦੇ ਵਿੱਚ ਬਹੁਤ ਹੀ ਮਹੱਤਵਪੂਰਨ ਇਤਿਹਾਸ ਬੀਬੀ ਰਜਨੀ ਦੇ ਇਤਿਹਾਸ ਨੂੰ ਫਿਲਮ ਦੇ ਦੁਆਰਾ ਦਰਸਾਇਆ ਜਾ ਰਿਹਾ ਹੈ ਪੰਜਾਬੀ ਫਿਲਮ ਆ ਰਹੀ ਹੈ ਜਿਸ ਦੇ ਵਿੱਚ ਬੀਬੀ ਰਜਨੀ ਦੇ ਇਤਿਹਾਸ ਨੂੰ ਦੱਸਿਆ ਗਿਆ ਹੈ ਕਿਉਂ ਹੈ ਇੰਨਾ ਮਹੱਤਵਪੂਰਨ ਬੀਬੀ ਰਜਨੀ ਦਾ ਇਤਿਹਾਸ ਇਸ ਫਿਲਮ ਦੇ ਵਿੱਚ ਬੀਬੀ ਰਜਨੀ ਦੇ ਕਿਹੜੇ ਇਤਿਹਾਸ ਨੂੰ ਦਰਸਾਇਆ ਗਿਆ ਹੈ ਇਸ ਵੀਡੀਓ ਦੇ ਰਾਹੀਂ ਅਸੀਂ ਪੂਰਾ ਇਤਿਹਾਸ ਜਾਣਾਂਗੇ ਬੀਬੀ ਰਜਨੀ ਕੌਣ ਸੀ ਸਿੱਖ ਇਤਿਹਾਸ ਦੇ ਵਿੱਚ ਬੀਬੀ ਰਜਨੀ ਦਾ ਕੀ ਇਤਿਹਾਸਿਕ ਪਿਛੋਕੜ ਜੁੜਿਆ ਹੋਇਆ ਹੈ ਤੇ ਬੀਬੀ ਰਜਨੀ ਦੇ ਪਿਤਾ ਨੇ ਉਸ ਦਾ ਵਿਆਹ ਇੱਕ ਪਿੰਗਲੇ ਦੇ ਨਾਲ ਕਿਉਂ ਕੀਤਾ ਜਦ ਕਿ ਉਸ ਦੇ ਪਿਤਾ ਇੱਕ ਬਹੁਤ ਵੱਡੀ ਰਿਆਸਤ ਦੇ ਰਾਜੇ ਸਨ ਬੀਬੀ ਰਜਨੀ ਦਾ ਸਿੱਖ ਇਤਿਹਾਸ ਦੇ ਵਿੱਚ ਮਹੱਤਵਪੂਰਨ ਸਥਾਨ ਸ਼੍ਰੀ ਦਰਬਾਰ ਸਾਹਿਬ ਵਿਖੇ ਮੌਜੂਦ ਦੁੱਖ ਭੰਜਣੀ ਬੇਰੀ ਦੇ ਨਾਲ ਕੀ ਸਬੰਧ ਹੈ ਅੱਜ ਇਸ ਵੀਡੀਓ ਦੇ ਰਾਹੀਂ ਅਸੀਂ ਦੁਖਪੰਜਣੀ 베ਰੀ ਸਾਹਿਬ ਤੇ ਨਾਲ ਹੀ ਬੀਬੀ ਰਜਨੀ ਦੇ ਇਤਿਹਾਸ ਬਾਰੇ ਸਾਰਾ ਕੁਝ ਜਾਣਾਂਗੇ ਸੋ ਬੇਨਤੀ ਹੈ ਕਿ ਵੀਡੀਓ ਵਿੱਚ ਅਖੀਰ ਤੱਕ ਬਣੇ ਰਹਿਣਾ ਮਾਝੇ ਦੇ ਖੇਤਰ ਵਿੱਚ ਪੈਂਦੇ ਪੱਟੀ रियासत ਦੇ ਰਾਜੇ ਦਾ ਨਾਮ ਸੀ ਰਾਜਾ ਦੁਨੀ ਚੰਦ ਤੇ ਉਸ ਦੇ ਘਰ ਸਿਰਫ ਧੀਆ ਨੇ ਹੀ ਜਨਮ ਲਿਆ ਤੇ ਉਸਦੇ ਘਰ ਕੋਈ ਪੁੱਤਰ ਨਾ ਹੋਇਆ। ਕਈ ਇਤਿਹਾਸਕਾਰ ਉਸ ਦੀਆਂ ਧੀਆ ਦੇ ਬਾਰੇ ਲਿਖਦੇ ਹਨ ਕਿ ਉਸ ਰਾਜੇ ਦੇ ਪੰਜ ਪੁੱਤਰੀਆਂ ਹੋਈਆਂ ਹਨ ਤੇ ਕਈ ਇਹਨਾਂ ਦੀ ਗਿਣਤੀ 7 ਵੀ ਲਿਖਦੇ ਹਨ। ਬੀਬੀ ਰਜਨੀ ਆਪਣੀਆਂ ਸਾਰੀਆਂ ਭੈਣਾਂ ਦੇ ਵਿੱਚੋਂ ਸਭ ਤੋਂ ਛੋਟੀ ਸੀ। ਬਚਪਨ ਤੋਂ ਹੀ ਬੀਬੀ ਰਜਨੀ ਸ਼ਕਲ ਸੂਰਤ ਪੱਖੋਂ ਬਹੁਤ ਹੀ ਖੂਬਸੂਰਤ ਸੀ ਤੇ ਉਹ ਬਹੁਤ ਹੀ ਸਮਝਦਾਰ ਸੀ। ਜਦੋਂ ਬਚਪਨ ਦੇ ਵਿੱਚ ਹੀ ਸੀ ਉਦੋਂ ਹੀ ਉਸ ਨੇ ਮਹਾਪੁਰਖਾਂ ਦੀ ਸਤ ਸੰਗਤ ਕਰਨੀ ਸ਼ੁਰੂ ਕਰ ਦਿੱਤੀ ਸੀ। ਸ਼ੁਰੂ ਤੋਂ ਹੀ ਬੀਬੀ ਰਜਨੀ ਨੂੰ ਪਰਮਾਤਮਾ ਦੀ ਬੰਦਗੀ ਕਰਨ ਵਾਲੇ ਮਹਾਪੁਰਖਾਂ ਦੀ ਸੰਗਤ ਦੇ ਵਿੱਚ ਬੈਠਣਾ ਤੇ ਉਹਨਾਂ ਦੇ ਬਾਰਤਾ ਲਾਪ ਨੂੰ ਸੁਣਨਾ ਪਸੰਦ ਸੀ ਜਦੋਂ ਕੋਈ ਵੀ ਗੁਰਸਿੱਖ ਆਪਸ ਵਿੱਚ ਪਰਮਾਤਮਾ ਦੀ ਭਗਤੀ ਦੇ ਬਾਰੇ ਬਾਰਤਾ ਲਾਪ ਕਰਦੇ ਤਾਂ ਬੀਬੀ ਰਜਨੀ ਉਹਨਾਂ ਦੇ ਵਿਚਾਰਾਂ ਨੂੰ ਬੜੇ ਹੀ ਧਿਆਨ ਦੇ ਨਾਲ ਸੁਣਦੇ ਤੇ ਸਮਝਣ ਦੀ ਕੋਸ਼ਿਸ਼ ਕਰਦੇ ਹੌਲੀ ਹੌਲੀ ਬੀਬੀ ਰਜਨੀ ਦਾ ਸੁਭਾਅ ਪਰਮਾਤਮਾ ਦੇ ਵਿਚਾਰਾਂ ਤੇ ਉਸ ਦੀ ਭਗਤੀ ਦੇ ਨਾਲ ਇੰਨਾ ਜੁੜਨਾ ਸ਼ੁਰੂ ਹੋ ਗਿਆ ਸੀ ਕਿ ਹੁਣ ਉਸ ਨੂੰ ਇਹ ਚੰਗੀ ਤਰ੍ਹਾਂ ਸਮਝ ਆ ਗਿਆ ਸੀ ਕਿ ਜੋ ਕੁਝ ਵੀ ਇਸ ਦੁਨੀਆ ਦੇ ਵਿੱਚ ਵਾਪਰਦਾ ਹੈ ਉਹ ਪਰਮਾਤਮਾ ਦੀ ਮਰਜ਼ੀ ਦੇ ਨਾਲ ਹੀ ਹੁੰਦਾ ਹੈ ਬੀਬੀ ਰਜਨੀ ਸਮਝ ਚੁੱਕੀ ਸੀ ਕਿ ਪਰਮਾਤਮਾ ਜਦੋਂ ਇੱਕ ਜੀਵ ਨੂੰ ਇਸ ਧਰਤੀ ਦੇ ਉੱਪਰ ਭੇਜਦਾ ਹੈ ਜੀਵਨ ਦਾਣ ਦਿੰਦਾ ਹੈ ਤਾਂ ਉਸ ਦੇ ਪੇਟ ਭਰਨ ਤੇ ਉਸ ਦੇ ਜੋ ਵੀ ਇਸ ਨੂੰ ਜ਼ਿੰਦਗੀ ਦੇ ਵਿੱਚ ਲੋੜੀਂਦੀਆਂ ਚੀਜ਼ਾਂ ਦੀ ਜ਼ਰੂਰਤ ਹੁੰਦੀ ਹੈ ਉਹ ਪਰਮਾਤਮਾ ਦੀ ਹੀ ਮਿਹਰ ਹੁੰਦੀ ਹੈ ਜਿਸ ਦੇ ਸਦਕਾ ਇੱਕ ਇਨਸਾਨ ਆਪਣੀਆਂ ਲੋੜਾਂ ਦੀ ਪੂਰਤੀ ਕਰ ਪਾਉਂਦਾ ਹੈ ਇੱਕ ਦਿਨ ਸਾਰੀਆਂ ਪੈਣਾ ਬੈਠੀਆਂ ਆਪਸ ਵਿੱਚ ਬਾਤਾਲਾਪ ਕਰ ਰਹੀਆਂ ਸਨ ਕਿ ਸਾਡਾ ਪਿਤਾ ਸਾਨੂੰ ਕਿੰਨੇ ਵਧੀਆ ਵਸਤਰ ਤੇ ਗਹਿਣੇ ਪੈਣਨ ਲਈ ਦਿੰਦਾ ਹੈ ਕਿੰਨਾ ਸੁਆਦਿਸ਼ਟ ਭੋਜਨ ਦਿੰਦਾ ਹੈ ਅਸੀਂ ਆਪਣੇ ਪਿਤਾ ਦੇ ਸਿਰ ਤੇ ਕਿੰਨਾ ਸੁਖ ਮਾਣ ਰਹੀਆਂ ਹਾਂ ਬੀਬੀ ਰਜਨੀ ਪਹਿਲਾਂ ਤਾਂ ਚੁੱਪਚਾਪ ਆਪਣੀਆਂ ਭੈਣਾਂ ਦੀਆਂ ਸਾਰੀਆਂ ਗੱਲਾਂ ਨੂੰ ਬੜੇ ਧਿਆਨ ਦੇ ਨਾਲ ਸੁਣਦੇ ਰਹੇ ਪਰੰਤੂ ਬਾਅਦ ਵਿੱਚ ਵਿਚੋ ਟੋਕਦੇ ਹੋਏ ਬੀਬੀ ਰਜਨੀ ਨੇ ਉਹਨਾਂ ਨੂੰ ਸਮਝਾਉਂਦੇ ਹੋਏ ਕਿਹਾ ਕਿ ਸਾਨੂੰ ਜੋ ਕੁਝ ਵੀ ਮਿਲ ਰਿਹਾ ਹੈ ਉਹ ਸਾਡੇ ਪਿਤਾ ਦੀ ਮਿਹਰ ਦੇ ਸਦਕਾ ਨਹੀਂ ਬਲਕਿ ਪ੍ਰਮਾਤਮਾ ਦੀ ਮਿਹਰ ਸਦਕਾ ਮਿਲ ਰਿਹਾ ਹੈ ਜੋ ਵੀ ਜੀਵ ਇਸ ਧਰਤੀ ਤੇ ਜਨਮ ਲੈਂਦਾ ਹੈ ਉਹ ਪ੍ਰਮਾਤਮਾ ਦਾ ਦਿੱਤਾ ਹੋਇਆ ਹੀ ਖਾਂਦਾ ਹੈ ਤੇ ਸਾਡੇ ਪਿਤਾ ਵੀ ਪ੍ਰਮਾਤਮਾ ਦਾ ਦਿੱਤਾ ਹੋਇਆ ਹੀ ਖਾਂਦੇ ਹਨ ਬੀਬੀ ਰਜਨੀ ਦੇ ਮੋਹਜਈਆਂ ਗੱਲਾਂ ਸੁਣ ਕੇ ਉਸ ਦੀਆਂ ਭੈਣਾਂ ਉਸ ਦੇ ਨਾਲ ਸਹਿਮਤ ਹੋਈਆਂ ਤੇ ਆਪਣੇ ਪਿਤਾ ਜੀ ਕੋਲ ਪੁੱਛਣ ਦੇ ਲਈ ਚੱਲ ਪਈਆਂ ਬੀਬੀ ਰਜਨੀ ਵੀ ਉਹਨਾਂ ਦੇ ਮਗਰ ਮਗਰ ਆਪਣੇ ਪਿਤਾ ਜੀ ਕੋਲ ਪਹੁੰਚੀ ਰਾਜਾ ਦੁਨੀ ਚੰਦ ਉਹਨਾਂ ਦਾ ਪਿਤਾ ਜੋ ਪਰਮਾਤਮਾ ਦੇ ਵਿੱਚ ਬਿਲਕੁਲ ਵਿਸ਼ਵਾਸ ਨਹੀਂ ਰੱਖਦਾ ਸੀ ਕਿਉਂਕਿ ਉਸਦੇ ਘਰ ਧੀਆ ਨੇ ਜਨਮ ਲਿਆ ਪਰੰਤੂ ਕੋਈ ਪੁੱਤਰ ਨਾ ਹੋਇਆ ਜਿਸ ਕਾਰਨ ਉਹ ਪਰਮਾਤਮਾ ਤੋਂ ਬਿਲਕੁਲ ਮੁੱਖ ਮੋੜ ਚੁੱਕਾ ਸੀ ਤੇ ਪਰਮਾਤਮਾ ਨੂੰ ਬਿਲਕੁਲ ਨਹੀਂ ਮੰਨਦਾ ਸੀ ਜਦੋਂ ਬੀਬੀ ਰਜਨੀ ਦੀਆਂ ਭੈਣਾਂ ਆਪਣੇ ਪਿਤਾ ਜੀ ਕੋਲ ਪਹੁੰਚੀਆਂ ਤਾਂ ਉਹਨਾਂ ਨੇ ਸਾਰਾ ਕੁਝ ਜੋ ਕੁਝ ਵੀ ਬੀਬੀ ਰਜਨੀ ਨੇ ਕਿਹਾ ਸੀ ਆਪਣੇ ਪਿਤਾ ਜੀ ਨੂੰ ਦੱਸਿਆ ਤਾਂ ਪਿਤਾ ਜੀ ਨੇ ਸਾਰਿਆਂ ਨੂੰ ਬਾਰੀ-ਬਾਰੀ ਸਵਾਲ ਪੁੱਛਣੇ ਸ਼ੁਰੂ ਕੀਤੇ ਤਾਂ ਕਿ ਉਹ ਉਹਨਾਂ ਦੇ ਮਨ ਦੀਆਂ ਗੱਲਾਂ ਜਾਣ ਸਕੇ ਤੇ ਸਾਰੀਆਂ ਹੀ ਭੈਣਾਂ ਨੇ ਇਹ ਕਿਹਾ ਕਿ ਅਸੀਂ ਪਿਤਾ ਜੀ ਤੁਹਾਡਾ ਦਿੱਤਾ ਹੀ ਖਾਂਦੀਆਂ ਹਾਂ ਪਰੰਤੂ ਜਦੋਂ ਬੀਬੀ ਰਜਨੀ ਨੂੰ ਇਹੀ ਸਵਾਲ ਕੀਤਾ ਗਿਆ ਕਿ ਉਹ ਕਿਸਦਾ ਦਿੱਤਾ ਖਾਂਦੀ ਹੈ ਕਿਸਦੇ ਦਿੱਤੇ ਵਸਤਰ ਪਹਿਨਦੀ ਹੈ ਤਾਂ ਬੀਬੀ ਰਜਨੀ ਨੇ ਜਵਾਬ ਦਿੱਤਾ ਕਿ ਉਹ ਪਰਮਾਤਮਾ ਦਾ ਦਿੱਤਾ ਸਭ ਕੁਝ ਖਾਂਦੀ ਹੈ ਉਸਨੂੰ ਅੱਜ ਤੱਕ ਜੋ ਕੁਝ ਵੀ ਮਿਲਿਆ ਹੈ ਖਾਣ ਪੀਣ ਲਈ ਜਾਂ ਵਸਤਰ ਪਹਿਨਣ ਦੇ ਲਈ ਪ੍ਰਮਾਤਮਾ ਹੀ ਦਿੰਦਾ ਹੈ ਤੇ ਹਰ ਇੱਕ ਜੀਵ ਜੋ ਦੁਨੀਆ ਉਤੇ ਜਨਮ ਲੈਂਦਾ ਹੈ ਉਸਨੂੰ ਪ੍ਰਮਾਤਮਾ ਹੀ ਪਾਲਦਾ ਹੈ ਤੇ ਉਹਨਾਂ ਦੇ ਪਿਤਾ ਵੀ ਉਸ ਪ੍ਰਮਾਤਮਾ ਦਾ ਦਿੱਤਾ ਹੋਇਆ ਹੀ ਖਾਂਦੇ ਹਨ ਆਪਣੀ ਪੁੱਤਰੀ ਬੀਬੀ ਰਜਨੀ ਦੇ ਮੂੰਹੋਂ ਪ੍ਰਮਾਤਮਾ ਦੇ ਲਈ ਅਜਿਹੇ ਸ਼ਰਧਾ ਭਰੇ ਸ਼ਬਦ ਸੁਣ ਕੇ ਰਾਜਾ ਬਹੁਤ ਜ਼ਿਆਦਾ ਕ੍ਰੋਧਿਤ ਹੋ ਗਿਆ। ਬੀਬੀ ਰਜਨੀ ਨੇ ਕਿਹਾ ਕਿ ਇਸ ਧਰਤੀ ਦੇ ਉੱਪਰ ਜੋ ਵੀ ਆਉਂਦਾ ਹੈ ਉਹ ਆਪਣੇ ਕਿਸਮਤ ਦਾ ਲਿਖਿਆ ਹੋਇਆ ਖਾਂਦਾ ਹੈ ਤੇ ਆਪਣੀ ਕਿਸਮਤ ਦੇ ਅਨੁਸਾਰ ਹੀ ਆਪਣੀ ਜ਼ਿੰਦਗੀ ਭੋਗਦਾ ਹੈ। ਰਾਜਾ ਦੁਨੀ ਚੰਦਰ ਨੇ ਜਦੋਂ ਆਪਣੀ ਪੁੱਤਰੀ ਦੇ ਮੂੰਹੋਂ ਅਜਿਹੇ ਸ਼ਬਦ ਸੁਣੇ ਤਾਂ ਉਹ ਹੋਰ ਜ਼ਿਆਦਾ ਕ੍ਰੋਧਿਤ ਹੋ ਗਿਆ ਤੇ ਹੁਣ ਉਸਨੇ ਫੈਸਲਾ ਕਰ ਲਿਆ ਕਿ ਉਹ ਆਪਣੀ ਇਸ ਪੁੱਤਰੀ ਦਾ ਵਿਆਹ ਇੱਕ ਕੋੜੀ ਦੇ ਨਾਲ ਕਰੇਗਾ ਤੇ ਅੱਗੇ ਉਸ ਨੇ ਆਪਣੀ ਪੁੱਤਰੀ ਨੂੰ ਇਹ ਵੀ ਕਿਹਾ ਕਿ ਹੁਣ ਉਹ ਦੇਖਦਾ ਹੈ ਕਿ ਉਸਦੇ ਪ੍ਰਮਾਤਮਾ ਨੇ ਉਸਦੇ ਕਿੰਨੇ ਕਪਾਗ ਬਲਵਾਨ ਲਿਖੇ ਹਨ ਤੇ ਉਹ ਕਿਸ ਤਰ੍ਹਾਂ ਦੀ ਜ਼ਿੰਦਗੀ ਬਤੀਤ ਕਰਦੀ ਹੈ ਆਪਣੇ ਪਿਤਾ ਦੇ ਮੂੰਹੋਂ ਇਹ ਸਭ ਸੁਣ ਕੇ ਬੀਬੀ ਰਜਨੀ ਨੇ ਸੱਤ ਵਚਨ ਕਹਿੰਦੇ ਹੋਏ ਸਿਰ ਝੁਕਾ ਲਿਆ ਪਰੰਤੂ ਉਸ ਦੀਆਂ ਭੈਣਾਂ ਤੇ ਉਸ ਦੀ ਮਾਂ ਨੇ ਬਹੁਤ ਰੋਲਾ ਪਾਇਆ ਕਿ ਜਿਸ ਤਰ੍ਹਾਂ ਉਸ ਦੇ ਪਿਤਾ ਜੀ ਕਹਿੰਦੇ ਹਨ ਉਹ ਉਸੇ ਤਰ੍ਹਾਂ ਹੀ ਮੰਨ ਲਵੇ ਉਹ ਪ੍ਰਮਾਤਮਾ ਦਾ ਨਾਮ ਜਪਣਾ ਬੰਦ ਕਰ ਦੇਵੇ ਨਹੀਂ ਤਾਂ ਉਸ ਦੀ ਜ਼ਿੰਦਗੀ ਨਰਕ ਬਣ ਜਾਵੇਗੀ ਪਰੰਤੂ ਬੀਬੀ ਰਜਨੀ ਨੇ ਕਿਹਾ ਕਿ ਜੇਕਰ ਪ੍ਰਮਾਤਮਾ ਨੇ ਉਸ ਦੇ ਜੀਵਨ ਦੇ ਵਿੱਚ ਨਰਕ ਪਰ ਇਹ ਹੀ ਜ਼ਿੰਦਗੀ ਲਿਖੀ ਹੈ ਤਾਂ ਉਸ ਨੂੰ ਇਹ ਵੀ ਮਨਜ਼ੂਰ ਹੈ ਕਿਉਂਕਿ ਉਸ ਨੂੰ ਗੁਰੂ ਨਾਨਕ ਦੇਵ ਜੀ ਦੇ ਬਚਨਾਂ ਦੇ ਉੱਪਰ ਪੂਰਾ ਵਿਸ਼ਵਾਸ ਹੈ ਇਸ ਕਰਕੇ ਉਹ ਸਭ ਕੁਝ ਬਰਦਾਸ਼ਤ ਕਰ ਲਵੇਗੀ ਪਰੰਤੂ ਆਪਣਾ ਸਚਾਈ ਦਾ ਰਸਤਾ ਨਹੀਂ ਛੱਡੇਗੀ ਰਜਨੀ ਦੇ ਪਿਤਾ ਨੇ ਆਪਣੀ ਹੀ ਬਰਾਦਰੀ ਦੇ ਵਿੱਚ ਇੱਕ ਕੋੜੀ ਦੇ ਪਿਤਾ ਨੂੰ ਸੱਦਾ ਭੇਜਿਆ ਤੇ ਉਹਨਾਂ ਨੇ ਸਾਹਮਣੇ ਇਹ ਪੇਸ਼ ਰਿਸ਼ਕ ਕੀਤੀ ਕਿ ਉਹ ਆਪਣੀ ਪੁੱਤਰੀ ਇਸ ਕੋੜੀ ਦੇ ਲੜ ਲਗਾਉਣਾ ਚਾਹੁੰਦਾ ਹੈ ਇੱਕ ਵਾਰੀ ਤਾਂ ਉਸ ਕੋੜੀ ਦੇ ਮਾਤਾ ਪਿਤਾ ਵੀ ਇਹ ਸੋਚ ਕੇ ਹੈਰਾਨ ਹੋ ਗਏ ਕਿ ਉਹ ਅਜਿਹਾ ਫੈਸਲਾ ਕਿਉਂ ਲੈ ਰਹੇ ਹਨ ਪਰੰਤੂ ਬੀਬੀ ਰਜਨੀ ਹਲੇ ਵੀ ਆਪਣੇ ਬਚਨਾਂ ਦੇ ਉੱਪਰ ਅਟਲ ਸੀ ਤੇ ਪ੍ਰਮਾਤਮਾ ਦੇ ਉੱਪਰ ਉਸ ਨੂੰ ਪੂਰਾ ਭਰੋਸਾ ਸੀ ਅਖੀਰ ਰਾਜਾ ਦੁਨੀ ਚੰਦ ਨੇ ਆਪਣੀ ਧੀ ਬੀਬੀ ਰਜਨੀ ਦਾ ਵਿਆਹ ਉਸ ਕੋੜੀ ਦੇ ਨਾਲ ਕਰ ਦਿੱਤਾ ਤੇ ਆਪਣੀ ਧੀ ਨੂੰ ਘਰੋਂ ਖਾਲੀ ਹੱਥੀ ਵਿਦਾ ਕਰ ਦਿੱਤਾ ਬੀਬੀ ਰਜਨੀ ਪਰਮਾਤਮਾ ਦਾ ਭਾਣਾ ਮੰਨਦੇ ਹੋਏ ਆਪਣੇ ਸਹੁਰੇ ਪਰਿਵਾਰ ਪਹੁੰਚੇ ਜਿੱਥੇ ਨਾ ਤਾਂ ਕੁਝ ਖਾਣ ਨੂੰ ਸੀ ਤੇ ਨਾ ਹੀ ਕੋਈ ਅਜਿਹਾ ਵਸਤਰ ਸੀ ਜਿਸ ਨਾਲ ਉਹ ਪਹਿਨ ਸਕੇ ਉਹ ਜੇ ਹਾਲਤ ਵਿੱਚ ਹੀ ਪਰਮਾਤਮਾ ਦਾ ਭਾਣਾ ਮੰਨਦੇ ਹੋਏ ਉਹਨਾਂ ਨੇ ਉੱਥੇ ਕਈ ਦਿਨ ਕੱਟੇ ਜਦੋਂ ਘਰੋਂ ਜੋ ਕੁਝ ਵੀ ਖਾਣ ਪੀਣ ਨੂੰ ਸੀ ਉਹ ਸਭ ਮੁੱਕ ਗਿਆ ਤਾਂ ਫਿਰ ਬੀਬੀ ਰਜਨੀ ਨੇ ਆਪਣੇ ਪਤੀ ਨੂੰ ਇੱਕ ਖਾਰੀ ਦੇ ਵਿੱਚ ਬਿਠਾਇਆ ਤੇ ਉੱਥੋਂ ਉਹ ਜਾ ਕੇ ਪਿੰਡਾਂ ਪਿੰਡ ਪਿੰਡ ਦੇ ਵਿੱਚ ਜਾ ਕੇ ਮੰਗਣ ਲੱਗੇ ਤੇ ਇਸ ਤਰ੍ਹਾਂ ਉਹਨਾਂ ਨੇ ਆਪਣਾ ਗੁਜ਼ਾਰਾ ਕਰਨਾ ਸ਼ੁਰੂ ਕਰ ਦਿੱਤਾ ਇਸ ਤਰ੍ਹਾਂ ਬੀਬੀ ਰਜਨੀ ਜਦੋਂ ਵੀ ਕਿਸੇ ਪਿੰਡ ਵਿੱਚ ਪ੍ਰਸ਼ਾਦਾ ਮੰਗਣ ਦੇ ਲਈ ਜਾਂਦੇ ਤਾਂ ਉਹ ਆਪਣੇ ਪਤੀ ਨੂੰ ਕਿਸੇ ਦਰਖਤ ਦੀ ਛੰਗਣੀ ਛਾਂ ਦੇ ਹੇਠਾਂ ਟੋਕਰੀ ਦੇ ਵਿੱਚ ਬਿਠਾ ਜਾਂਦੇ ਤਾਂ ਕਿ ਉਹ ਆਪ ਜਾ ਕੇ ਪ੍ਰਸ਼ਾਦਾ ਲੈ ਆ ਸਕਣ ਇਸ ਤਰ੍ਹਾਂ ਬੀਬੀ ਰਜਨੀ ਤੇ ਉਹਨਾਂ ਦੇ ਪਤੀ ਦਾ ਗੁਜ਼ਾਰਾ ਚੱਲਦਾ ਰਿਹਾ ਬੀਬੀ ਰਜਨੀ ਸਿਰਫ ਉਹਨਾਂ ਹੀ ਪ੍ਰਸ਼ਾਦਾ ਮੰਗਦੇ ਜਿੰਨਾ ਉਹਨਾਂ ਨੂੰ ਚਾਹੀਦਾ ਸੀ ਵਾਧੂ ਹੋਰ ਕਦੇ ਕਿਸੇ ਚੀਜ਼ ਦਾ ਲਾਲਚ ਨਾ ਕੀਤਾ ਇਸ ਤਰ੍ਹਾਂ ਹੌਲੀ-ਹੌਲੀ ਪਿੰਡਾਂ ਦੇ ਵਿੱਚੋਂ ਮੰਗਦੇ ਮੰਗਦੇ ਉਹ ਉਸ ਜਗ੍ਹਾ ਪਹੁੰਚੇ ਜਿੱਥੇ ਅੱਜ ਦਰਬਾਰ ਸਾਹਿਬ ਅਮਰਤਸਰ ਵਿਖੇ ਸ਼ੋਭਿਤ ਹਨ ਉਸ ਸਮੇਂ ਉੱਥੇ ਇੱਕ ਕੱਚੀ ਟਾਲ ਸੀ ਜਿਸ ਵਿੱਚ ਨਿਰਮਲ ਅਤੇ ਪਵਿੱਤਰ ਜਲ ਭਰਿਆ ਹੋਇਆ ਸੀ ਜੋ ਬਿਲਕੁਲ ਸਾਫ਼ ਸੀ ਤੇ ਕਿਨਾਰੇ ਦੇ ਉੱਪਰ ਛੰਗਣੀ ਛਾਂ ਵਾਲੀ ਇੱਕ ਬੇਰੀਦਾਰ ਖੋ ਵੀ ਸੀ ਇਹ ਉਹੀ ਜਗ੍ਹਾ ਹੈ ਜਿੱਥੇ ਅੱਜ ਵੀ ਦੁੱਖ ਪੰਜਣੀ 베ਰੀ ਸ਼ਿਸ਼ੋਵਿਤ ਹੈ ਜਿੱਥੇ ਕਿਸੇ ਸਮੇਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਭਾਗਾ ਪਰੇ ਚਰਨ ਪਾ ਕੇ ਇਸ ਧਰਤੀ ਨੂੰ ਸੁਭਾਗਾ ਕੀਤਾ ਸੀ ਉਹਨਾਂ ਤੋਂ ਬਾਅਦ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਪੈਰ ਦੇ ਉੱਪਰ ਜੋ ਜ਼ਖਮ ਹੋ ਗਿਆ ਸੀ ਉਸ ਦੇ ਇਲਾਜ ਦੇ ਲਈ ਗੁਰੂ ਅਮਰਦਾਸ ਜੀ ਵੀ ਇਸ ਧਰਤੀ ਦੇ ਉੱਤੇ ਪਹੁੰਚੇ ਸਨ ਤੇ ਅਮਰਤੀ ਬੂਟੀ ਲਿਆ ਕੇ ਉਹਨਾਂ ਨੇ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਪੈਰ ਦੇ ਅੰਗੂਠੇ ਦਾ ਇਲਾਜ ਕੀਤਾ ਸੀ ਪਾਣੀ ਦੀ ਢਾਬ ਦੇ ਕਿਨਾਰੇ ਆਪਣੇ ਪਤੀ ਦੀ ਟੋਕਰੀ ਨੂੰ ਰੱਖ ਕੇ ਬੀਬੀ ਰਜਨੀ ਨੇ ਆਪਣੇ ਪਤੀ ਨੂੰ ਕਿਹਾ ਕਿ ਉਹ ਨਾਲ ਦੇ ਹੀ ਪਿੰਡ ਵਿੱਚ ਪ੍ਰਸ਼ਾਦਾ ਮੰਗ ਕੇ ਲੈ ਆਉਣ ਤੇ ਉਹਨਾਂ ਨੂੰ ਉੱਥੇ ਹੀ ਇੰਤਜ਼ਾਰ ਕਰਨ ਦੇ ਲਈ ਉਹਨਾਂ ਨੂੰ ਉੱਥੇ ਰੱਖ ਕੇ ਚਲੇ ਗਏ ਤਾਂ ਕਿ ਲੋਕ ਉਹਨਾਂ ਤੋਂ ਨਫ਼ਰਤ ਨਾ ਕਰਨ ਕਿਉਂਕਿ ਜਦੋਂ ਆਪਣੇ ਪਤੀ ਨੂੰ ਨਾਲ ਲੈ ਕੇ ਜਾਂਦੇ ਸਨ ਤਾਂ ਲੋਕ ਉਹਨਾਂ ਨੂੰ ਨਫ਼ਰਤ ਭਰੀਆਂ ਨਜ਼ਰਾਂ ਦੇ ਨਾਲ ਦੇਖਦੇ ਸਨ ਬੀਬੀ ਰਜਨੀ ਨੇ ਢਾਬ ਦੇ ਕਿਨਾਰੇ ਲੱਗੀ 베ਰੀ ਦੀ ਛੰਗਣੀ ਛਾਹ ਹੇਠ ਆਪਣੇ ਪਤੀ ਨੂੰ ਟੋਕਰੀ ਜਾਂ ਜਿਸ ਨੂੰ ਕਿਹਾ ਜਾਂਦਾ ਵਿੱਚ ਬਿਠਾ ਦਿੱਤਾ ਤੇ ਆਪ ਨਾਲ ਦੇ ਹੀ ਲੱਗਦੇ ਪਿੰਡ ਤੁੰਗ ਦੇ ਵਿੱਚੋਂ ਪ੍ਰਸ਼ਾਦਾ ਮੰਗਣ ਦੇ ਲਈ ਚਲੇ ਗਏ ਪਰੰਤੂ ਬੀਬੀ ਰਜਨੀ ਨੇ ਕਦੇ ਵੀ ਉਹਨਾਂ ਪਿੰਡਾਂ ਵਿੱਚੋਂ ਪ੍ਰਸ਼ਾਦਾ ਨਹੀਂ ਮੰਗਿਆ ਜੋ ਉਸਦੇ ਪਿਤਾ ਦੀ रियासत ਦੇ ਵਿੱਚ ਪਿੰਡ ਆਉਂਦੇ ਸਨ ਦੁੱਖਪੰਜਣੀ 베ਰੀ ਦੇ ហេਠਾਂ ਛਾਂ ਦੇ ਵਿੱਚ ਬੈਠੇ ਹੋਏ ਬੀਬੀ ਰਜਨੀ ਦੇ ਪਤੀ ਦੇਖ ਰਹੇ ਸਨ ਕਿ ਉਸ ਦਰਖਤ ਦੇ ਉੱਪਰ ਬਹੁਤ ਜ਼ਿਆਦਾ ਕਾਂ ਬੈਠੇ ਹੋਏ ਸਨ ਤੇ ਜਿਸ ਧਾਬ ਦੇ ਕਿਨਾਰੇ ਉਹ ਬੈਠੇ ਹੋਏ ਸਨ ਉਸ ਦਾ ਪਾਣੀ ਬਹੁਤ ਜ਼ਿਆਦਾ ਨਿਰਮਲ ਤੇ ਸਾਫ਼ ਸੀ ਇਹ ਉਹ ਟਾਬ ਸੀ ਜੋ ਸ਼੍ਰੀ ਗੁਰੂ ਅਮਰਦਾਸ ਜੀ ਨੇ ਆਪਣੇ ਜੀਵਨ ਕਾਲ ਦੇ ਦੌਰਾਨ ਖਦਵਾਈ ਕਰਾਈ ਸੀ ਪਰੰਤੂ ਹਲੇ ਤੱਕ ਕੱਚੀ ਹੀ ਸੀ ਇਸ ਨੂੰ ਪੱਕਾ ਨਹੀਂ ਕਰਵਾਇਆ ਗਿਆ ਸੀ ਕਿਉਂਕਿ ਉਹਨਾਂ ਦੇ ਜੀਵਨ ਕਾਲ ਤੋਂ ਬਾਅਦ ਫਿਰ ਅੱਗੇ ਦਾ ਕੰਮ ਸ਼੍ਰੀ ਗੁਰੂ ਰਾਮਦਾਸ ਜੀ ਨੇ

ਬੀਬੀ ਰਜਨੀ ਦੇ ਪਤੀ 베ਰੀ ਦੀ ਛਾਂ ਦੇ ਹੇਠਾਂ ਬੈਠੇ ਹੋਏ ਦੇਖਦੇ ਨੇ ਕਿ ਇੱਕ ਕਾਂ ਪਾਣੀ ਦੇ ਵਿੱਚ ਉਤਰਿਆ ਤੇ ਉਸ ਨੇ ਪਾਣੀ ਪੀਤਾ ਪਾਣੀ ਪੀਣ ਤੋਂ ਬਾਅਦ ਫਿਰ ਉਹ ਡੁਬਕੀ ਲਗਾਉਣ ਦੇ ਲਈ ਪਾਣੀ ਦੇ ਵਿੱਚ ਉਤਰ ਗਿਆ ਕਾਂ ਨੇ ਜਦੋਂ 5 ਵਾਰੀ ਪਾਣੀ ਦੇ ਵਿੱਚ ਡੁਬਕੀ ਲਗਾਈ ਤੇ ਬਾਹਰ ਨਿਕਲਿਆ ਤਾਂ ਉਸ ਦਾ ਰੰਗ ਬਿਲਕੁਲ ਸਫੇਦ ਹੋ ਚੁੱਕਾ ਸੀ ਇਸ ਤਰ੍ਹਾਂ ਲੱਗ ਚੁੱਕਾ ਸੀ ਜਿਵੇਂ ਉਸ ਦੇ ਮਨ ਦੀ ਮੈਲ ਬਿਲਕੁਲ ਖਤਮ ਹੋ ਚੁੱਕੀ ਹੋਵੇ ਤੇ ਬੀਬੀ ਰਜਨੀ ਦੇ ਪਤੀ ਇਹ ਸਭ ਕੁਝ ਵੇਖ ਕੇ ਹੈਰਾਨ ਹੋ ਰਹੇ ਸਨ ਤੇ ਵਾਹਿਗੁਰੂ ਦਾ ਸ਼ੁਕਰ ਕਿ ਕਰ ਰਹੇ ਸਨ ਕਿਉਂਕਿ ਉਹ ਜਾਣ ਚੁੱਕੇ ਸਨ ਕਿ ਉਹਨਾਂ ਦੀ ਪਤਨੀ ਦਾ ਹੁਣ ਤੱਕ ਪ੍ਰਮਾਤਮਾ ਤੇ ਕੀਤਾ ਹੋਇਆ ਵਿਸ਼ਵਾਸ ਫਲ ਲੈ ਕੇ ਆਵੇਗਾ ਕਿਉਂਕਿ ਇਹ ਧਰਤੀ ਗੁਰੂਆਂ ਦੀ ਧਰਤੀ ਹੈ ਤੇ ਇਸ ਧਰਤੀ ਦੇ ਵਿੱਚ ਕੋਈ ਵੱਖਰੀ ਹੀ ਸ਼ਕਤੀ ਹੈ ਮਨ ਹੀ ਮਨ ਸੋਚਣ ਲੱਗੇ ਕਿ ਕਿਉਂ ਨਾ ਮੈਂ ਵੀ ਇਸ ਪਵਿੱਤਰ ਜਲ ਦੇ ਵਿੱਚ ਡੁਬਕੀ ਲਗਾ ਕੇ ਦੇਖਾਂ ਕੀ ਪਤਾ ਮੈਂ ਵੀ arogh ਹੋ ਜਾਵਾਂ ਮੇਰੇ ਸਾਰੇ ਰੋਗ ਦੂਰ ਹੋ ਜਾਣ ਇਸ ਲਈ ਖਾਰੀ ਦੇ ਵਿੱਚੋਂ ਹੌਲੀ-ਹੌਲੀ ਬਾਹਰ ਨਿਕਲ ਕੇ ਰਿੱੜਦੇ ਹੋਏ ਪਾਣੀ ਦੀ ਢਾਬ ਦੇ ਕਿਨਾਰੇ ਜਾ ਪਹੁੰਚੇ ਜਿਵੇਂ ਹੀ ਆਪਣਾ ਇੱਕ ਹੱਥ ਪਵਿੱਤਰ ਜਲ ਦੇ ਵਿੱਚ ਡਬੋਇਆ ਤਾਂ ਹੱਥ ਬਿਲਕੁਲ arogh ਹੋ ਗਿਆ ਕੋੜ ਕਿੱਧਰੇ ਚਲਿਆ ਗਿਆ ਕੁਝ ਪਤਾ ਹੀ ਨਾ ਲੱਗਿਆ ਤੇ ਹੌਲੀ-ਹੌਲੀ ਹਿੰਮਤ ਕਰਦੇ ਹੋਏ ਉਹਨਾਂ ਨੇ ਆਪਣਾ ਪੂਰਾ ਸਰੀਰ ਪਾਣੀ ਦੇ ਵਿੱਚ ਡਬੋ ਦਤਾ ਆ ਡੋਬਕੀਆਂ ਲਗਾਉਣੀਆਂ ਸ਼ੁਰੂ ਕਰ ਦਿੱਤੀਆਂ ਜਿਸ ਤਰ੍ਹਾਂ ਡੋਬਕੀਆਂ ਲਗਾਉਂਦੇ ਗਏ ਤਾਂ ਸਰੀਰ Arogh ਹੁੰਦਾ ਗਿਆ ਇਸ ਤਰ੍ਹਾਂ ਜਾਪ ਰਿਹਾ ਸੀ ਜਿਵੇਂ ਕਿ ਸਰੀਰ ਦੇ ਉੱਪਰੋਂ ਬਹੁਤ ਵੱਡਾ ਬੋਝ ਬਹੁਤ ਵੱਡਾ ਭਾਰ ਹਲਕਾ ਹੋ ਗਿਆ ਹੋਵੇ ਇੱਕ ਨੌਜਵਾਨ ਦੀ ਤਰ੍ਹਾਂ ਉਹਨਾਂ ਦਾ ਸਰੀਰ ਬਿਲਕੁਲ ਤੰਦਰੁਸਤ ਤੇ ਸੋਹਣਾ ਖੂਬਸੂਰਤ ਦਿਖ ਰਿਹਾ ਸੀ ਜਿਵੇਂ ਇੱਕ ਆਮ ਨੌਜਵਾਨ ਦਿਖ ਰਿਹਾ ਹੋਵੇ ਹੁਣ ਉਹਨਾਂ ਦੇ ਸਰੀਰ ਦੇ ਵਿੱਚੋਂ ਕੋੜ ਬਿਲਕੁਲ ਖਤਮ ਹੋ ਚੁੱਕਾ ਸੀ ਤੇ ਜਦੋਂ ਉਹਨਾਂ ਨੇ ਪਾਣੀ ਦੇ ਵਿੱਚ ਡੁਬਕੀ ਲਗਾਈ ਸੀ ਤਾਂ ਇੱਕ ਦਰਖਤ ਦਾ ਸਹਾਰਾ ਲੈ ਕੇ ਇੱਕ ਟਾਣੀ ਨੂੰ ਫੜ ਕੇ ਆਪਣੇ ਹੱਥ ਨਾਲ ਫਿਰ ਡੌਗੀ ਲਗਾਈ ਉਹ ਹੱਥ ਹਲੇ ਵੀ ਉਹਨਾਂ ਦੇ ਹੱਥ ਦੇ ਉੱਪਰ ਕੋੜ ਦੇ ਨਿਸ਼ਾਨ ਛਪੇ ਹੋਏ ਸਨ ਤੇ ਜਦੋਂ ਉਹ ਬਾਹਰ ਨਿਕਲ ਕੇ ਦਰਖਤ ਦੇ ਹੇਠ ਬੈਠ ਕੇ ਬੀਬੀ ਰਜਨੀ ਦਾ ਇੰਤਜ਼ਾਰ ਕਰਨ ਲੱਗੇ ਤੇ ਕੁਝ ਸਮੇਂ ਬਾਅਦ ਉਹ ਵੀ ਪਹੁੰਚ ਗਏ ਖਾਰੀ ਦੇ ਵਿੱਚ ਆਪਣੇ ਪਤੀ ਨੂੰ ਬੈਠਾ ਨਾ ਦੇਖ ਕੇ ਬੀਬੀ ਰਜਨੀ ਨੇ ਉੱਚੀ ਉੱਚੀ ਰੋਣਾ ਸ਼ੁਰੂ ਕਰ ਦਿੱਤਾ ਤੇ ਪ੍ਰਮਾਤਮਾ ਅੱਗੇ ਬੇਨਤੀਆਂ ਅਰਦਾਸਾਂ ਵੀ ਕਰਨ ਲੱਗੇ ਆਪਣੇ ਪਤੀ ਦੀ ਸਲਾਮਤੀ ਦੇ ਲਈ ਪਵਿੱਤਰ ਦੁੱਖਪੰਜਣੀ 베ਰੀ ਜਿਹੜੀ ਕਿ ਅੱਜ ਵੀ ਅਸੀਂ ਦਰਬਾਰ ਸਾਹਿਬ ਵਿਖੇ ਸਰੋਵਰ ਦੇ ਕਿਨਾਰੇ ਦੇਖਦੇ ਹਾਂ ਇਹ ਉਹੀ 베ਰੀ ਸੀ ਜਿੱਥੇ ਬੀਬੀ ਰਜਨੀ ਦੇ ਪਤੀ ਬੈਠ ਕੇ ਆਪਣੀ ਪਤਨੀ ਦੀ ਉਡੀਕ ਕਰ ਰਹੇ ਸਨ ਤੇ ਜਦੋਂ ਉਹਨਾਂ ਨੇ ਦੇਖਿਆ ਕਿ ਉਹਨਾਂ ਦੀ ਪਤਨੀ ਬੀਬੀ ਰਜਨੀ ਉੱਚੀ ਉੱਚੀ ਰੋ ਰਹੀ ਨੇ ਤਾਂ ਉਹਨਾਂ ਨੇ ਕਿਹਾ ਕਿ ਮੈਂ ਹੀ ਤੁਹਾਡਾ ਪਤੀ ਹਾਂ ਤਾਂ ਬੀਬੀ ਰਜਨੀ ਨੂੰ ਇਸ ਗੱਲ ਦੇ ਉੱਪਰ ਵਿਸ਼ਵਾਸ ਨਾ ਹੋਇਆ ਉਸ ਤੋਂ ਬਾਅਦ ਉਹਨਾਂ ਨੇ ਬੀਬੀ ਰਜਨੀ ਨੂੰ ਸਾਰੀ ਵਾਰਤਾ ਸੁਣਾਈ ਕਿ ਕਿਸ ਤਰ੍ਹਾਂ ਇਹ ਸਾਰਾ ਪਾਣਾ ਵਰਤਿਆ ਤੇ ਨਾਲ ਹੀ ਉਹਨਾਂ ਨੇ ਉਹ ਹੱਥ ਵੀ ਦਿਖਾਇਆ ਜੋ ਜਲ ਦੇ ਬਾਹਰ ਆ ਗਿਆ ਸੀ ਤੇ ਜਿਸ ਉੱਪਰ ਹਲੇ ਵੀ ਜ਼ਖਮਾਂ ਦੇ ਨਿਸ਼ਾਨ ਸਨ ਤੇ ਬੀਬੀ ਰਜਨੀ ਦੇ ਸਾਹਮਣੇ ਜਦੋਂ ਉਹਨਾਂ ਨੇ ਦੁਬਾਰਾ ਪਵਿੱਤਰ ਜਲ ਦੇ ਵਿੱਚ ਆਪਣਾ ਹੱਥ ਡੁਬੋਇਆ ਤਾਂ ਉਹ ਹੱਥ ਬਿਲਕੁਲ ਸਾਫ਼ ਹੋ ਗਿਆ ਤੇ arogh ਹੋ ਗਿਆ ਹੁਣ ਬੀਬੀ ਰਜਨੀ ਨੂੰ ਵੀ ਇਹ ਯਕੀਨ ਹੋ ਚੁੱਕਾ ਸੀ ਕਿ ਪ੍ਰਮਾਤਮਾ ਨੇ ਉਹਨਾਂ ਦੇ ਸਬਰ ਦਾ ਫਲ ਉਹਨਾਂ ਨੂੰ ਦੇ ਦਿੱਤਾ ਹੈ ਤੇ ਪ੍ਰਮਾਤਮਾ ਨੇ ਉਹਨਾਂ ਦੇ ਪਤੀ ਨੂੰ ਬਿਲਕੁਲ ਠੀਕ ਕਰ ਦਿੱਤਾ ਹੈ ਉਹ ਵਾਹਿਗੁਰੂ ਦਾ ਲੱਖ ਲੱਖ ਸ਼ੁਕਰਾਨਾ ਕਰ ਰਹੇ ਸਨ ਕਿ ਵਾਹਿਗੁਰੂ ਨੇ ਉਹਨਾਂ ਦੇ ਵਿਸ਼ਵਾਸ ਦੀ लाज ਰੱਖ ਲਈ ਤੇ ਅੱਜ ਉਹਨਾਂ ਨੂੰ ਉਹਨਾਂ ਦੇ ਦ੍ਰਿੜ ਵਿਸ਼ਵਾਸ ਦਾ ਫਲ ਵੀ ਮਿਲ ਗਿਆ ਕਿ ਉਹਨਾਂ ਦੇ ਪਤੀ arog ਤੇ ਤੰਦਰੁਸਤ ਹੋ ਗਏ ਇੱਕ ਪਾਸੇ ਜਿੱਥੇ ਬੀਬੀ ਰਜਨੀ ਨੂੰ ਪਰਮਾਤਮਾ ਨੇ ਉਹਨਾਂ ਦੇ ਦ੍ਰਿੜ ਵਿਸ਼ਵਾਸ ਦਾ ਫਲ ਦਿੱਤਾ ਸੀ ਤੇ ਉਹਨਾਂ ਨੂੰ ਇੱਕ ਨਵੀਂ ਜ਼ਿੰਦਗੀ ਮਿਲ ਗਈ ਸੀ ਨਾਲ ਹੀ ਉਹਨਾਂ ਦੇ ਪਤੀ ਨੂੰ ਵੀ ਇੱਕ ਨਵੀਂ ਜ਼ਿੰਦਗੀ ਮਿਲ ਗਈ ਸੀ ਉੱਥੇ ਹੀ ਦੂਜੇ ਪਾਸੇ ਜੇਕਰ ਉਹਨਾਂ ਦੇ ਪਿਤਾ ਰਾਜਾ ਦੁਨੀ ਚੰਦ ਦੀ ਗੱਲ ਕਰੀਏ ਤਾਂ ਜਦੋਂ ਉਹਨਾਂ ਨੇ ਆਪਣੀ ਪੁੱਤਰੀ ਦੇ ਨਾਲ ਅਜਿਹਾ ਵਿਵਹਾਰ ਕੀਤਾ ਉਸ ਦਾ ਵਿਆਹ ਇੱਕ ਕੋੜੀ ਦੇ ਨਾਲ ਕਰ ਦਿੱਤਾ ਅਹੰਕਾਰ ਦੇ ਵਿੱਚ ਆ ਕੇ ਤਾਂ ਹੁਣ ਉਹਨਾਂ ਦੀ ਹਾਲ ਹਾਲਤ ਅਜਹੀ ਹੋ ਚੁੱਕੀ ਸੀ ਕਿ ਉਹਨਾਂ ਦਾ ਰਾਜ ਭਾਗ ਬਿਲਕੁਲ ਖਤਮ ਹੋ ਚੁੱਕਿਆ ਸੀ ਤੇ ਉਹਨਾਂ ਦੀ ਹਾਲਤ ਇੱਕ ਭਿਖਾਰੀਆਂ ਜਿਹੇ ਜੀ ਹੋ ਚੁੱਕੀ ਸੀ ਜੀਬੀ ਰਜਨੀ ਨੇ ਸਾਰੀ ਜ਼ਿੰਦਗੀ ਪਰਮਾਤਮਾ ਦੇ ਸਿਮਰਨ ਦੇ ਵਿੱਚ ਤੇ ਆਪਣੇ ਪਤੀ ਦੀ ਸੇਵਾ ਦੇ ਵਿੱਚ ਲੰਘਾਈ ਤੇ ਨਾਲ ਹੀ ਉਹਨਾਂ ਨੇ ਹਮੇਸ਼ਾ ਹੀ ਪਰਮਾਤਮਾ ਦੇ ਉੱਪਰ ਵੀ ਡ੍ਰਿੜ ਵਿਸ਼ਵਾਸ ਬਣਾ ਕੇ ਰੱਖਿਆ ਤੇ ਉਹਨਾਂ ਦੇ ਪਿਤਾ ਨੂੰ ਉਹਨਾਂ ਦੇ ਅਹੰਕਾਰ ਤੇ ਉਹਨਾਂ ਦੇ ਬੁਰੇ ਕਰਮਾਂ ਦੀ ਸਜ਼ਾ ਮਿਲੀ ਤੇ ਅੱਜ ਉਹਨਾਂ ਦੀ ਦੁਰਦਸ਼ਾ ਇੰਨੀ ਮਾੜੀ ਹੋ ਚੁੱਕੀ ਸੀ ਕਿ ਉਹੋ ਦਰਦਾਰ ਦੀਆਂ ਠੋਕਰਾ ਖਾ ਰਹੇ ਸਨ ਸ੍ਰੀ ਗੁਰੂ ਅਮਰਦਾਸ ਜੀ ਨੇ ਅਮਰਤਸਰ ਦੀ ਪਵਿੱਤਰ ਧਰਤੀ ਦੇ ਉੱਪਰ ਟਾਵ ਦੀ ਖਦਵਾਈ ਕਰਾਈ ਪਰੰਤੂ ਉਹਨਾਂ ਦੇ ਜੀਵਨ ਕਾਲ ਤੋਂ ਬਾਅਦ ਫਿਰ ਗੁਰੂ ਰਾਮਦਾਸ ਜੀ ਨੇ ਸਰੋਵਰ ਦੇ ਕੰਮ ਨੂੰ ਪੂਰਾ ਕੀਤਾ ਤੇ ਉਹਨਾਂ ਦੇ ਜੀਵਨ ਕਾਲ ਤੋਂ ਬਾਅਦ ਫਿਰ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਦਰਬਾਰ ਸਾਹਿਬ ਦੀ ਉਸਾਰੀ ਕਰਵਾਈ ਉਸ ਸਮੇਂ ਦੀ ਇਸ ਪਵਿੱਤਰ ਢਾਬ ਨੇ ਅੱਜ ਦਰਬਾਰ ਸਾਹਿਬ ਦੇ ਸਰੋਵਰ ਦਾ ਰੂਪ ਲੈ ਲਿਆ ਹੈ ਤੇ ਦੁੱਖ ਪੰਜਣੀ 베ਰੀ ਅੱਜ ਵੀ ਸਰੋਵਰ ਦੇ ਕਿਨਾਰੇ ਮੌਜੂਦ ਹੈ ਬੀਬੀ ਰਜਨੀ ਤੇ ਉਹਨਾਂ ਦੇ ਪਤੀ ਦੇ ਇਤਿਹਾਸ ਦੇ ਉੱਪਰ ਪੰਜਾਬੀ ਫਿਲਮ ਬਣਾਈ ਜਾ ਰਹੀ ਹੈ ਤੇ ਇਹ ਬਹੁਤ ਹੀ ਜਲਦ ਰਿਲੀਜ਼ ਹੋਵੇਗੀ ਕੀ ਤੇ ਆਪ ਸਭ ਨੂੰ ਬੇਨਤੀ ਹੈ ਕਿ ਆਪਣੇ ਪੂਰੇ ਪਰਿਵਾਰ ਦੇ ਸਮੇਤ ਇਸ ਫਿਲਮ ਨੂੰ ਜ਼ਰੂਰ ਦੇਖਣਾ ਤਾਂ ਕਿ ਤੁਸੀਂ ਤੇ ਤੁਹਾਡੇ ਬੱਚੇ ਵੀ ਇਤਿਹਾਸ ਦੇ ਬਾਰੇ ਜਾਣੋ ਹੋ ਸਕਣ ਕਿ ਸਿੱਖਾਂ ਦਾ ਕਿੰਨਾ ਮਹਾਨ ਤੋਂ ਮਹਾਨ ਇਤਿਹਾਸ ਪਿਆ ਹੈ ਜਿਸ ਤਰ੍ਹਾਂ ਮਸਤਾਨੇ ਫਿਲਮ ਵਿੱਚ ਸਿੱਖਾਂ ਦੇ ਇਤਿਹਾਸ ਨੂੰ ਦਰਸਾਇਆ ਗਿਆ ਸੀ ਉਸੇ ਤਰ੍ਹਾਂ ਹੀ ਇਸ ਫਿਲਮ ਦੇ ਵਿੱਚ ਬੀਬੀ ਰਜਨੀ ਦੇ ਇਤਿਹਾਸ ਨੂੰ ਬਹੁਤ ਸੁੰਦਰ ਤਰੀਕੇ ਦੇ ਨਾਲ ਦਰਸਾਇਆ ਗਿਆ ਹੈ ਫਿਲਮ ਦੇ ਟ੍ਰੇਲਰ ਨੂੰ ਦੇਖ ਕੇ ਇਸ ਤਰ੍ਹਾਂ ਲੱਗਦਾ ਹੈ ਕਿ ਜਿਵੇਂ ਫਿਲਮ ਬਣਾਉਣ ਦੇ ਉੱਪਰ ਬਹੁਤ ਜ਼ਿਆਦਾ ਮਿਹਨਤ ਕੀਤੀ ਗਈ ਹੈ ਅਜਿਹੀਆਂ ਫਿਲਮਾਂ ਸਾਨੂੰ ਪੂਰੇ ਪਰਿਵਾਰ ਦੇ ਨਾਲ ਜਾ ਕੇ ਦੇਖਣੀਆਂ ਚਾਹੀਦੀਆਂ ਨੇ ਤਾਂ ਕਿ ਅਸੀਂ ਵੱਧ ਤੋਂ ਵੱਧ ਸਿੱਖ ਇਤਿਹਾਸ ਬਾਰੇ ਜਾਣੂ ਹੋ ਸਕੇ ਤੇ ਨਾਲ ਹੀ ਅਜਿਹੀਆਂ ਫਿਲਮਾਂ ਬਣਾਉਣ ਵਾਲਿਆਂ ਨੂੰ ਵੀ ਪ੍ਰਮੋਟ ਕੀਤਾ ਜਾ ਸਕੇ ਤਾਂ ਕਿ ਉਹ ਅੱਗੇ ਤੋਂ ਵੀ ਵੱਧ ਤੋਂ ਵੱਧ ਸਿੱਖ ਇਤਿਹਾਸ ਦੇ ਨਾਲ ਸੰਬੰਧਿਤ ਫਿਲਮਾਂ ਲੈ ਕੇ ਆਉਣ ਤੇ ਸਾਨੂੰ ਸਿੱਖਾਂ ਦੇ ਇਤਿਹਾਸ ਬਾਰੇ ਜਾਣੂ ਕਰਾਉਣ ਇਸੇ ਤਰ੍ਹਾਂ ਹੀ ਸਿੱਖ ਇਤਿਹਾਸ ਦੇ ਨਾਲ ਸੰਬੰਧਿਤ ਹੋਰ ਇਸ ਤਰ੍ਹਾਂ ਦੀਆਂ ਵੀਡੀਓ ਸੁਣਨ ਦੇ ਲਈ ਹੁਣੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਪ੍ਰੈਸ ਕਰ ਲੈਣਾ ਤਾਂ ਕਿ ਸਾਰੀਆਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਤੁਰੰਤ ਮਿਲ ਜਾਵੇ। ਚੈਨਲ ਨੂੰ ਸਪੋਰਟ ਕਰਨ ਦੇ ਲਈ ਵੀਡੀਓ ਨੂੰ ਲਾਈਕ ਕਰਕੇ ਅੱਗੇ ਵੀ ਸ਼ੇਅਰ ਕਰ ਸਕਦੇ ਹੋ ਤਾਂ ਕਿ ਵੱਧ ਤੋਂ ਵੱਧ ਸੰਗਤਾਂ ਤੱਕ ਸਿੱਖ ਇਤਿਹਾਸ ਪਹੁੰਚ ਸਕੇ ਤੇ ਵੱਧ ਤੋਂ ਵੱਧ ਸੰਗਤਾਂ ਤੱਕ ਸਾਡਾ ਚੈਨਲ ਵੀ ਪਹੁੰਚ ਸਕੇ ਇਸ ਨਾਲ ਵੱਧ ਤੋਂ ਵੱਧ ਸੰਗਤ ਸਿੱਖ ਇਤਿਹਾਸ ਬਾਰੇ ਜਾਣੂ ਹੋ ਸਕੇਗੀ। ਇਤਿਹਾਸ ਦੱਸਦੇ ਹਾਂ ਕੋਈ ਵੀ ਭੁਲਚੁੱਕ ਹੋ ਗਈ ਹੋਵੇ ਤਾਂ ਵਾਹਿਗੁਰੂ ਕਾਲਪੁਰਖ ਪਰਮਾਤਮਾ ਤੋਂ ਮਾਫੀ ਦੇ ਹੱਕਦਾਰ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ